ਨੌਜਵਾਨ ਆਗੂ ਡਾਕਟਰ ਸੁਖਚੈਨ ਸਿੰਘ ਸੰਧੂ ਅਤੇ ਸਾਬਕਾ ਸਰਪੰਚ ਰਣਜੀਤ ਸਿੰਘ ਸੋਨੂ ਵੱਲੋਂ ਸਰਦਾਰ ਸਵਰਗਵਾਸੀ ਸਰਦਾਰ ਪੂਰਨ ਸਿੰਘ ਸੰਧੂ ਦੀ ਯਾਦ ਵਿੱਚ ਕਰਵਾਏ ਗਏ ਕ੍ਰਿਕਟ ਟੂਰਨਾਮੈਂਟ ਵਿੱਚ ਪਿੰਡ ਦੇ ਨੌਜਵਾਨ ਖਿਡਾਰੀਆਂ ਨੂੰ ਕ੍ਰਿਕਟ ਦੇ ਸਮਾਨ ਦੀ ਕਿੱਟ ਦੇਣ ਦਾ ਵਾਅਦਾ ਕੀਤਾ ਗਿਆ ਸੀ, ਜੋ ਕਿ ਡਾਕਟਰ ਸੁਖਚੈਨ ਸਿੰਘ ਸੰਧੂ ਅਤੇ ਸਾਬਕਾ ਸਰਪੰਚ ਰਣਜੀਤ ਸਿੰਘ ਸੋਨੂ ਵੱਲੋਂ ਨੌਜਵਾਨਾਂ ਨੂੰ ਇਹ ਕ੍ਰਿਕਟ ਦਾ ਕਿੱਟ ਦੇ ਕੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਗਿਆ। ਇਸ ਮੌਕੇ ਕਾਜ ਸਿੰਘ ਆਲਾ, ਸਰਬਜੀਤ ਸਿੰਘ ਬੂ, ਸ਼੍ਰੋਮਣੀ ਕਮੇਟੀ ਮੈਂਬਰ ਗੁਰਮੀਤ ਸਿੰਘ ਬੂ, ਜਸਕਰਨ ਸੰਧੂ, ਜਗਜੀਤ ਮਨੇਸ਼, ਮੁਖਤਿਆਰ ਸਿੰਘ ਪੰਚ ਅਤੇ ਦਰਸ਼ਨ ਸਿੰਘ ਲੰਬਰਦਾਰ, ਅਮੀਰ ਸ਼ਾਹ ਵਾਲਾ ਆਦਿ ਹਾਜ਼ਰ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੰਡ ਅਮੀਰ ਸ਼ਾਹ, ਗ੍ਰਾਮ ਪੰਚਾਇਤ, ਅਸੀਂ ਸਰਦਾਰ ਪੂਰਨ ਸਿੰਘ ਸੰਧੂ ਜੀ ਦੀ ਯਾਦ ਵਿੱਚ ਕ੍ਰਿਕਟ ਟੂਰਨਾਮੈਂਟ ਕਰਵਾਇਆ ਸੀ। ਉਸ ਟਾਈਮ ਅਸੀਂ ਆਪਣੇ ਪਿੰਡ ਦੀ ਟੀਮ ਨੂੰ ਵਾਅਦਾ ਕੀਤਾ ਸੀ ਕਿ ਉਹਨਾਂ ਨੂੰ ਕ੍ਰਿਕਟ ਦੀ ਕਿੱਟ ਲਿਆ ਕੇ ਦੇਵਾਂਗੇ, ਜੋ ਕਿ ਅਸੀਂ ਅੱਜ ਇਹਨਾਂ ਨੂੰ ਦੇ ਦਿੱਤੀ ਹੋਈ ਆ। ਅਤੇ ਅੱਗੇ ਅਸੀਂ ਹੋਰ ਵੀ ਇਹਨਾਂ ਨਾਲ ਵਾਅਦਾ ਕੀਤਾ ਕਿ ਇੱਕ ਤਾਂ ਪਿੰਡ ਦਾ ਗਰਾਊਂਡ ਇਹਨਾਂ ਨੇ ਕਿਹਾ ਕਿ ਨੀਵਾਂ, ਉਹਨੂੰ ਉੱਚਾ ਕਰਵਾਉਣ ਦੀ ਇਹਨਾਂ ਨੇ ਮੰਗ ਰੱਖੀ ਹੈ। ਆਉਣ ਵਾਲੇ ਟਾਈਮ ਦੇ ਵਿੱਚ ਉਹ ਇੱਕ ਉੱਚਾ ਕਰਵਾਇਆ ਜਾਏਗਾ, ਅਤੇ ਲੋੜ ਪੈਣ 'ਤੇ ਜਿਹੜੀਆਂ ਜਿਹੜੀਆਂ ਕਿੱਟਾਂ ਇਹਨਾਂ ਨੂੰ ਜ਼ਰੂਰਤ ਪੈਣਗੀਆਂ, ਖੇਡਾਂ ਵਾਲੇ ਆਪਣੀ ਰੁਚੀ ਰੱਖਣ ਤਾਂ ਜੋ ਇਹ ਨਸ਼ਿਆਂ ਤੋਂ ਦੂਰ ਰਹਿਣ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਲੋੜ ਪੈਣ 'ਤੇ ਜਿਹੜੀ ਜਿਹੜੀ ਚੀਜ਼ ਦੀ ਵੀ ਇਹਨਾਂ ਨੂੰ ਕ੍ਰਿਕਟ ਕਿੱਟ ਜਾਂ ਵਾਲੀਬਾਲ ਦੀ ਕੋਈ ਕਿੱਟ ਦੀ ਲੋੜ ਹੋਵੇਗੀ, ਉਹ ਅਸੀਂ ਇਹਨਾਂ ਨੂੰ ਮੁਹੱਈਆ ਕਰਵਾਵਾਂਗੇ। ਸੱਚੀਆਂ ਅਤੇ ਨਿਰਪੱਖ ਖਬਰਾਂ ਦੇਖਣ ਲਈ ਵੇਖਦੇ ਰਹੋ ਤਪਦਾ ਸੱਚ ਨਿਊਜ਼।